আমাদের শান্ত অপজিশনের লিডার টেকা উনি স্যার দুঃখী দিল্লি আপনি তোমাদের কোল করতে পৌঁছে ਕਿਉਂਕਿ 2 ਸਾਲ ਦੇ ਵਿੱਚ ਕੋਈ ਵੀ ਇਹੋ ਜਿਹਾ ਦਰ ਜਿੱਥੇ ਮੈਂ ਜਾ ਕੇ ਅਲਕ ਨਾ ਜਗਾਈ ਹੋਵੇ ਨਹੀਂ ਬਚਿਆ, ਚਾਹੇ ਸੀਐਮ ਸਾਹਿਬ ਦਾ ਘਰ ਹੋਵੇ, ਵਿਧਾਨ ਸਭਾ ਹੋਵੇ, ਚਾਹੇ ਸੀਐਮ ਸਾਹਿਬ ਸਾਡੇ ਮਾਨਸਾ ਆਪਣੇ ਦੁਆਰ ਸਰਕਾਰ ਦਾ ਜੋ ਨਾਰਾ ਲਾਇਆ ਹੋਇਆ ਸੀ ਸਰਕਾਰ ਆਪਣੇ ਦੁਆਰ ਦੇ ਤਹਿਤ ਮਾਨਸਾ ਪਹੁੰਚੇ ਤਦ ਵੀ ਜੋ ਮੈਂ ਅੱਗੇ ਗਿਆ ਸ਼ਾਮ ਨੂੰ ਐਸ ਐਸ ਨੂੰ ਲਿਖ ਕੇ ਦਿੱਤਾ ਵੀ ਆਹ ਮੇਰੀਆਂ 2 ਗੱਲਾਂ ਦੇ ਜਵਾਬ ਲੈਣੇ ਨੇ ਸੀ ਐਮ ਸਾਹਿਬ ਤੋਂ, ਤਾਂ ਤੁਸੀਂ ਲੈਣੇ ਹੋ ਬੇਸ਼ੱਕ ਇਕੱਲੇ ਨੂੰ ਮਿਲਾ ਦਿਓ, ਮੈਂ ਸਭ ਤੋਂ ਪਹਿਲਾਂ ਸੀ ਐਮ ਸਾਹਿਬ ਦਾ ਸਤਿਕਾਰ ਕਰੂੰਗਾ, ਜੀ ਆਇਆਂ ਆਖੂਗਾ, ਉਸ ਤੋਂ ਮਗਰੋਂ ਆਪਦੇ 2 ਪੁਆਇੰਟ ਰੱਖੂੰਗਾ। ਕੋਸ਼ਿਸ਼ ਕੀਤੀ ਵੀ ਸੀ ਐਮ ਸਾਹਿਬ ਨਾਲ ਮੇਰੀ 2 ਮਿੰਟ ਗੱਲਬਾਤ ਹੋ ਜਾਵੇ, ਤਾਂ ਉਸ ਮੇਰੇ ਮਿੱਤਰ ਨੇ ਮੈਨੂੰ ਕਲੀਅਰ ਹੀ ਕਹਿਤਾ, ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਖੀ ਲੈਣਾ। ਹੁਣ ਤੁਸੀਂ ਦੱਸੋ ਵੀ ਮੌਕਤ ਵੀ ਇਸ ਹੱਦ ਤੱਕ ਮੈਂ ਕਰਮਾ ਕਦੋਂ ਬਣਾਇਆ, ਜਦੋਂ ਤੁਹਾਡੀ ਸਰਕਾਰ ਦੀਆਂ ਮਲੇਕੀਆਂ ਦੇ ਕਾਰਨ ਮੇਰਾ ਕਰੋੜਾਂ ਕਰੋੜ ਵਾਲਾ ਪੁੱਤ ਤੁਸੀਂ ਕਲਾਂ ਦੇ ਵਿੱਚ ਮਿਲੀ ਭੁਗਤ ਨਾਲ ਬਿਲਕੁਲ ਸਾਰੀ ਪ੍ਰੀ ਪਲਾਨ ਕਰੋੜਾਂ ਦੇ ਤਹਿਤ ਲੋਕਾਂ ਦੇ ਬੱਚਾ ਖੋਲਿਆ, ਮੈਂ ਕਰਮਾ ਉਦੋਂ ਬਣਾਇਆ। ਮੈਂ ਕਹਿੰਦਾ ਮੈਂ ਇੰਨੀ ਨਫ਼ਰਤ ਅਸੀਂ ਜਦੋਂ ਤੁਹਾਡਾ ਬਦਲਾਅ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਤੋਂ ਕਾਫ਼ੀ ਸ਼ਿਕਵੇ ਹੋਣਗੇ, ਕੋਈ ਗਲਤੀਆਂ ਸਾਡੇ ਤੋਂ ਵੀ ਹੋਈਆਂ ਹੋਣਗੀਆਂ, ਤਾਂ ਜੋ ਇਹਨਾਂ ਨੂੰ ਇੰਨਾ ਵੱਡਾ ਮੌਕਾ ਮਿਲਿਆ ਵੀ ਜਿਹਦੇ ਬੰਦਾ ਪਹੁੰਚਿਆ ਤਾਂ ਅੰਦਰ ਵੀ ਨਹੀਂ ਬਣ ਸਕਦਾ ਸੀ, ਉਹ ਅਸੀਂ ਕੈਬਨਿਟ ਦੇ ਵਿੱਚ ਭੇਜਤਾ। ਔਰ ਕੈਬਨਿਟ ਦੇ ਮੰਤਰੀ ਦੀ ਗੱਲ ਸੁਣ ਲਓ, ਮੈਂ ਖੁੱਡੀਆਂ ਸਾਹਿਬ ਨੂੰ ਮਿਲ ਲਿਆ ਲਿਖਤੀ ਰੂਪ ਦੇ ਵਿੱਚ, ਉਹਨੂੰ ਆਪਣੀਆਂ ਸਮੱਸਿਆ ਨੇ ਦੱਸੀ ਵੀ ਮੈਨੂੰ 1.5 ਸਾਲ ਹੋ ਗਿਆ ਭੌਂਕਦੇ ਫਿਰਦੇ ਨੂੰ, ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ 'ਚ ਤੁਹਾਡੀ ਕਸਟਡੀ ਦੇ ਦੌਰਾਨ ਵੀਡੀਓ ਬਣਵਾ ਦਿੰਦੇ ਹਾਂ, ਤਾਂ ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਵੀਡੀਓ ਕਦੋਂ ਬਣੀ ਸੀ ਜਾਂ ਉਹਦਾ ਮਕਸਦ ਕੀ ਸੀ। ਹੁਣ ਕੀ ਤੁਸੀਂ ਦੋਨੋਂ ਨੂੰ ਮਿਲੇ ਜਿਹੜੇ ਗਵਾਹ ਨੇ ਜਾਂ ਮੈਂ ਆ, ਮੈਂ ਕੋਰਟ ਦੇ ਵਿੱਚ ਵੀ ਨਾ ਪਹੁੰਚਾ, ਤਾਂ ਮੈਂ ਕਿਹਾ ਕਿ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣਾ ਕੇਸ ਵੀ ਵਿਡਰਾ ਕਰ ਲੂੰਗਾ, ਮੈਂ ਅਗਲੀ ਗੌਰਮੈਂਟ ਕੋਈ ਆਊਗੀ ਦੁਬਾਰਾ ਰੀਓਪਨ ਕਰਾ ਲਾਂਗੇ, ਜੇ ਤੁਹਾਡਾ ਮਨ ਹੈ ਨਹੀਂ ਮੈਂ ਕਦਮ ਚਲਾਉਂਦਾ। ਤਾਂ ਨਫ਼ਰਤ ਦੀ ਵੀਰੋ ਕੋਈ ਹੱਦ ਹੁੰਦੀ ਹੈ। ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨਾਂ ਨੇ ਮਾਰਤਾ, ਧੰਨਵਾਦ। ਜੋ ਅਕਾਲ ਪੁਰਖ ਦੇ ਜਿੰਨੇ ਸਾਹ ਲਿਖਾਏ ਸੀ ਉਹ ਵਿਚਾਰਾ ਜੋ ਗਿਆ, ਪਰੰਤੂ ਹੁਣ ਅਗਲੀ ਹੱਦ ਇਹ ਵੇਖ ਲਓ, ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ, ਮੈਂ ਤੁਹਾਡਾ ਸਾਰੀ ਜ਼ਿੰਦਗੀ ਕਰਦਾ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਕ ਦੇ ਵਿੱਚ ਦਿੱਤਾ, ਆਪਾਂ ਉਸ ਘਰ ਦੇ ਵਿੱਚ ਵਰਦੇ ਹੋ ਗਏ ਦੁਬਾਰਾ ਤੋਂ, ਮੈਨੂੰ ਤੁਸੀਂ ਔਰ ਸੈਂਟਰ ਦੀ ਔਰ ਸਟੇਟ ਦੀ ਦੋਨਾਂ ਦੀ ਨਫ਼ਰਤ ਦੀ ਹੱਦ ਦੇਖੋ ਵੀਰੋ, 14-3 ਨੂੰ ਉੱਥੋਂ ਚਿੱਠੀ ਰਿਲੀਜ਼ ਕਰ ਦਿੰਦੇ ਆ, ਇਹ ਨਵੇਂ ਜਿਵੇਂ ਬੱਚੇ ਦੇ ਕਾਗਜ਼ ਮੰਗਦੇ ਆ। ਜਦੋਂ ਮੈਂ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਠਿੰਡੇ ਚਲਾ ਗਿਆ ਤਾਂ ਉੱਥੋਂ ਦੇ CMO ਤੋਂ ਲੈਟਰ ਲੈ ਕੇ ਬਠਿੰਡੇ ਵਾਲਾ CMO ਮੇਰੇ ਨਗਰ ਪਾ ਦਿੰਦੇ ਆ, ਫਿਰ ਮੈਂ ਲਾਈਵ ਉਹਨਾਂ ਆਪਣੀ ਬੱਚਾ ਤੁਹਾਡੇ ਤੱਕ ਪਹੁੰਚਾਉਣਾ ਸਾਰੀ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ, ਮੇਰੇ ਕੋਲ ਬੱਚੇ ਦੇ ਕਾਗਜ਼ ਕਾਹਦੇ, DNA ਟੈਸਟ ਹੈ, ਮੇਰਾ ਖੂਨ ਟੈਸਟ ਕਰ ਲਓ, ਹੋਰ ਮੇਰੇ ਕੋਲ ਕੀ ਹੈ ਬੱਚੇ ਦਾ। ਤਾਂ ਇਹਨਾਂ ਨੇ ਨਫ਼ਰਤ ਇਸ ਹੱਦ ਤੱਕ ਦੇਖ ਲਓ ਵੀ ਜਿਹੜਾ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਅਸੀਂ ਹਊਆ ਖਤਮ ਕੀਤਾ, ਇਹ ਹਊਆ ਫਿਰ ਪੈਦਾ ਹੋ ਗਿਆ, ਇਹ ਚਿੱਠੀਆਂ ਵੀਰੋ ਸੈਂਟਰ ਨੇ ਅਤੇ ਸਟੇਟ ਨੇ ਮਿਲ ਕੇ ਕੱਢੀਆਂ। ਹੁਣ ਤੁਸੀਂ ਆਪ ਸੋਚੋ ਇੱਕ ਭੋਰਾ ਭਰ ਮਾਸੂਮ ਜਿਹਨੂੰ ਵੀ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ, ਹਾਲੇ ਮੈਂ ਕਿਹੋ ਜਿਹੇ ਮਾਹੌਲ ਪਲਾ ਵੱਡਾ ਹੋਣਾ ਪਲਣਾ, ਤਾਂ ਉਹਦੇ ਪ੍ਰਤੀ ਵੀ ਇਹਨਾਂ ਦੀ ਕੀ ਸੋਚ ਹੈ।
ਮੇਰੇ ਪੁੱਤ ਨੇ ਸਕਿਉਰਿਟੀ ਦੇ ਬੰਦੇ ਆ ਬੈਠੇ ਸੁਖਵਿੰਦਰ ਰੰਧਾਵਾ ਸਾਹਿਬ। ਮੈਂ ਕਿਹਾ 2 ਸਾਲ ਮੇਰਾ ਬੱਚਾ ਜੇ ਜਿਉਂ ਗਿਆ ਤਾਂ ਇਹਨਾਂ ਦੀ ਕਿਰਪਾ ਕਰਕੇ ਜਿਉਂ ਗਿਆ। ਮੈਂ ਜਦੋਂ ਵੀ ਇਹਨਾਂ ਤੱਕ ਪਹੁੰਚ ਕੀਤੀ ਤਾਂ ਮੈਨੂੰ ਮੌਕੇ 'ਤੇ ਸੁਰੱਖਿਆ ਵੀ ਮਿਲੀ, ਮੈਨੂੰ ਸੂਚਨਾ ਵੀ ਮਿਲੀ, ਮੈਨੂੰ ਅਲਰਟ ਰਹਿਣ ਬਾਰੇ ਚੌਕਸ ਵੀ ਕੀਤਾ ਗਿਆ। ਮੈਨੂੰ ਵਾਰ ਵਾਰ ਤੋਂ ਚੰਡੀਗੜ੍ਹ ਬੁਲਾ ਲੈਂਦੇ ਸੀ ਜੇ ਮੈਨੂੰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਨਪੁੱਟ ਆਉਂਦੀ ਸੀਗੀ ਸਰਹੱਦ ਦੀ। ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਵੀ ਸਿੱਧੂ ਮੂਸੇਵਾਲਾ ਇੱਕ ਕੋਈ ਰਾਜਨੀਤਿਕ ਆਗੂ ਹੈ, ਇਹ 2 ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਥ੍ਰੈਟ ਪ੍ਰੋਫੈਸ਼ਨ ਉਹ ਸਭ ਤੋਂ ਹਾਈ ਹੈ, ਤਾਂ ਇਹਦੇ ਲਈ ਸਕਿਉਰਿਟੀ ਵਧਾਈ ਜਾਵੇ। ਪਰੰਤੂ ਸਰਕਾਰ ਨੇ ਕੀਤਾ ਕਿ ਉਹ ਚਿੱਠੀ ਨੂੰ ਦੱਬਤਾ, ਸਕਿਉਰਿਟੀ ਸਗੋਂ ਵਿਡਰਾ ਕਰਤੀ। ਚਲੋ ਵਿਡਰਾ ਵੀ ਕਰ ਦਿੰਦੇ, ਇਲੈਕਸ਼ਨ ਤੋਂ ਬਾਅਦ ਟੋਟਲ ਸਕਿਉਰਿਟੀ ਵਿਡਰਾ ਹੋ ਗਈ ਸੀ। ਅਸੀਂ 12-15 ਦਿਨ ਘਰੇ ਰਹੇ ਬਿਨਾਂ ਕਰਨ ਤੋਂ ਤੱਕ ਸਾਨੂੰ ਮਾਰਿਆ ਨਹੀਂ ਕਿਸੇ ਨੇ। ਮਾਰਿਆ ਕਦੋਂ? ਜਦੋਂ ਗੌਰਮੈਂਟ ਦੇ ਬਲਤੇਜ ਸਿੰਘ ਪੰਨੂ ਵਰਗੇ ਲੀਡਰ ਐਡਵਾਈਜ਼ਰ ਮੈਡਮ ਮਨੀਸ਼ੀ ਬਾਦਵਾ ਸਾਹਿਬ ਜੀ ਨੇ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਹੈ, ਜਿੱਦਾਂ ਉਹਨਾਂ ਨੇ ਉਹ ਚੈਟ ਕੀਤੀ ਗਈ ਹੈ ਕਿ ਜਿਹੜੀ ਵਿਡਰਾ ਸਕਿਉਰਿਟੀ ਕੀਤੀ ਹੈ ਇਹਨੂੰ ਤੁਸੀਂ ਵਾਇਰਲ ਕਰ ਦਿਓ। ਮੈਂ ਸੀਮ ਸਾਹਿਬ ਤੋਂ ਬਾਤ ਕਰ ਲੂੰਗਾ, ਇਹ ਸਾਰੇ ਮੇਰੇ ਕੋਲ ਚੈਟ ਮੌਜੂਦ ਹੈ ਜੀ। ਉਹ ਬਿਲਕੁਲ ਸਾਜਿਸ਼ ਦੇ ਤਹਿਤ ਸਕਿਉਰਿਟੀ ਵਿਡਰਾ ਕਰਤੀ ਔਰ 24 ਘੰਟਿਆਂ ਦੇ ਅੰਦਰ ਮੇਰੇ ਬੱਚੇ ਨੂੰ ਇਸ ਦੁਨੀਆ ਤੋਂ ਵਿਦਾ ਕਰ ਦਿੱਤਾ। ਔਰ ਉਸ ਤੋਂ ਸਵਾ 2 ਸਾਲ ਹੋ ਗਏ ਦਰ ਦਰ ਤੇ ਭਟਕਦੇ ਫਿਰਦੇ ਆ। 2 ਸਾਲ ਹੋ ਗਏ, ਹਜੇ 4 ਫਰੇਮ ਹੋਏ ਨੇ ਮੇਰੇ ਕੇਸ ਦੇ, ਕੇਵਲ 4 ਚਲਾਉਣ ਦੇ ਉੱਤੇ। ਉਹ ਸੈਂਟਰ ਦਾ ਦੇਖ ਲਓ, 268 ਲਾਸ ਦੀ ਲੋਰੀ ਕਮਿਸ਼ਨ ਹੋਈ ਤੇ ਔਰ ਵਿਰਾਟ ਲੈ ਕੇ ਵੱਗ ਗਏ। ਵੀਰੋ ਮੁਕੱਦਮੇ ਸਾਰੇ ਪੰਜਾਬ ਹਰਿਆਣਾ ਹਿਮਾਚਲ ਦੇ ਨੇ, ਉੱਤਰੀ ਭਾਰਤ ਦੇ ਨੇ। ਵਿਰਾਟ ਦਾ ਕੀ ਕੰਮ ਹੈ? ਉਹ ਕਿਸੇ ਕੋਰਟ ਦੇ ਵਿੱਚ ਉਹਨੂੰ ਪੇਸ਼ ਨਹੀਂ ਹੋਣ ਦਿੱਤੇ। ਜਿਹੜਾ ਬੰਦਾ ਸਿਰ ਕਰਦਾ ਹੈ, ਤੁਸੀਂ ਕੋਈ ਚੰਗਾ ਆਗੂ ਚੋਣਦੇ ਹੋ ਇਲਾਕੇ 'ਚ, ਉਹਨਾਂ ਦੇ ਫਿਰ ਵਿਉਂਤਾ ਕਰਨ ਲੱਗੇ ਨੇ, ਉਹਨਾਂ ਦੀ ਮੌਤ ਦੇ ਵਰੰਟ ਜਾਰੀ ਕਰਨ ਲੱਗੇ ਨੇ। ਹੁਣ ਲਾਰੈਂਸ ਦਾ ਗੰਗਾ ਦੇ ਵਿੱਚ ਕੰਮ ਕੀ ਹੈ ਦੱਸੋ? ਉਹਨਾਂ ਉਹ ਜਿਸ ਤਰ੍ਹਾਂ ਮੇਰਾ ਬੱਚਾ ਚੱਪਲਾਂ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ, ਤੁਸੀਂ ਉਹਨੂੰ ਗੋਲੀਆਂ ਦੇ ਸਲ ਨਹੀਂ ਕਰਤਾ, ਤਾਂ ਲਾਰੈਂਸ ਜਿਹਦੇ ਉੱਤੇ 100 ਪਰਚੇ ਹੈ ਉਹ ਜਦੋਂ ਅਦਾਲਤ ਜਾਂਦਾ ਫਿਰ ਉਹਦੀਆਂ ਲੱਤਾਂ ਕਿਉਂ ਨਾ ਕੰਬਣ ਭਾਈ?